ਅਸਤੀਫੇ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਨੂੰ ਮਿਲੇ ਫੂਲਕਾ। 12 ਅਕਤੂਬਰ 2018 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ HS ਫੂਲਕਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਇਸ ਨੂੰ ਲੈ ਕੇ HS ਫੂਲਕਾ ਅੱਜ ਵਿਧਾਨ ਸਭਾ ਸਪੀਕਰ ਰਾਣਾ KP ਸਿੰਘ ਨੂੰ ਮਿਲੇ ਅਤੇ ਉਹਨਾਂ ਨੂੰ ਯਾਦ ਕਰਵਾਇਆ ਕਿ ਕਿਹਨਾਂ ਕਾਰਨਾਂ ਕਰਕੇ ਉਹਨਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਇਸ ਮੌਕੇ HS ਫੂਲਕਾ ਨੇ ਕਿਹਾ ਕਿ ਸਪੀਕਰ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਹਨਾਂ ਦੇ ਅਸਤੀਫੇ 'ਤੇ ਕਾਰਵਾਈ ਹੋਵੇਗੀ। ਚੰਡੀਗੜ੍ਹ ਤੋਂ ਅਜੀਤ ਵੈਬ ਟੀਵੀ ਲਈ ਸੁਰਿੰਦਰਪਾਲ ਸਿੰਘ ਦੀ ਰਿਪੋਰਟ। ਮੈਂ 12 ਅਕਤੂਬਰ ਨੂੰ ਸਪੀਕਰ ਸਾਹਿਬ ਨੂੰ ਆਪਣਾ ਅਸਤੀਫਾ ਭੇਜਿਆ ਸੀ ਅਤੇ ਉਹਦੇ ਬਾਰੇ ਮੈਨੂੰ ਕੋਈ ਜਵਾਬ ਨਹੀਂ ਆਇਆ, ਇਸ ਕਰਕੇ ਮੈਂ ਉਹਨਾਂ ਤੋਂ ਟਾਈਮ ਲਿਆ ਅਤੇ ਉਹਨਾਂ ਨੇ ਮੈਨੂੰ ਅੱਜ ਦਾ ਟਾਈਮ ਦੇ ਕੇ ਬੁਲਾਇਆ ਅਤੇ ਅੱਜ ਮੈਂ ਹੁਣ ਉਹਨਾਂ ਨੂੰ ਚਿੱਠੀ ਦਿੱਤੀ ਹੈ ਕਿ 12 ਅਕਤੂਬਰ ਨੂੰ ਮੈਂ ਅਸਤੀਫਾ ਦਿੱਤਾ ਸੀ, ਵੀ ਉਸ ਦਾ ਕੋਈ ਮੈਨੂੰ ਜਵਾਬ ਨਹੀਂ ਆਇਆ। ਅੱਜ ਮੈਂ ਪਰਸਨਲੀ ਖੁਦ ਇਹ ਤੁਹਾਡੇ ਅੱਗੇ ਪੇਸ਼ ਹੋ ਕੇ ਇਸ ਦੀ ਮੰਗ ਕਰਦਾ ਕਿ ਜੋ ਮੇਰਾ ਅਸਤੀਫਾ ਉਹ ਮਨਜ਼ੂਰ ਕੀਤਾ ਜਾਵੇ ਅਤੇ ਮੈਂ ਇਸ ਆਪਣੇ MLA ਦੀ ਪਦਵੀ ਤੋਂ ਅਸਤੀਫਾ ਦਿੰਦਾ। ਇਹ ਮੈਂ ਉਹਨਾਂ ਨੂੰ ਕਹਿ ਕੇ ਚਿੱਠੀ ਦੇ ਕੇ ਆਇਆ ਅਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਇਹਨੂੰ ਜਲਦੀ ਮਨਜ਼ੂਰ ਕਰਕੇ ਜਿਹੜਾ ਆਉਣ ਵਾਲਾ ਸੈਸ਼ਨ ਹੈ 13 ਦਸੰਬਰ ਤੋਂ ਜਿਹੜਾ ਸ਼ੁਰੂ ਹੋਣਾ ਉਹਦੇ 'ਚ ਵਿਧਾਨ ਸਭਾ ਨੂੰ ਦੱਸ ਦਿੱਤਾ ਜਾਵੇ ਕਿ ਮੈਂ ਅਸਤੀਫਾ ਦੇ ਦਿੱਤਾ। ਜਿਸ ਕਾਰਨ ਕਰਕੇ ਮੈਂ ਅਸਤੀਫਾ ਦਿੱਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਜੋ 5 ਮੰਤਰੀ ਬੋਲੇ, ਜੋ ਉਹਨਾਂ ਨੇ ਕਿਹਾ ਕਿ ਬਾਦਲ ਅਤੇ ਸੈਣੀ ਅਤੇ ਰਾਮ ਰਹੀਮ ਦੇ ਖਿਲਾਫ਼ ਕੇਸ ਚੱਲਣਗੇ, ਉਦੋਂ ਮਗਰੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਉਹਦੇ ਬਾਰੇ ਫੈਸਲਾ ਨਹੀਂ ਲਿਆ ਔਰ ਨਾ ਹੀ ਉਸ ਤੋਂ ਬਾਅਦ ਅੱਜ ਤੱਕ ਲਿਆ। ਜੋ ਪੋਜੀਸ਼ਨ ਇਹ ਸੀ ਰਣਜੀਤ ਸਿੰਘ ਦੀ ਰਿਪੋਰਟ ਵਾਲੀ, ਉਹ ਪੋਜੀਸ਼ਨ ਉੱਥੇ ਹੀ ਖੜ੍ਹੀ ਹੈ, ਉਹ ਉਵੇਂ ਹੀ ਹਾਲਤ ਹੈ। ਤੋ ਇਸ ਕਰਕੇ ਮੈਂ ਜਿਹੜਾ ਆਪਣਾ ਡਿਕਲੇਅਰ ਕੀਤਾ ਸੀ, ਮੈਂ 1 ਸਤੰਬਰ ਨੂੰ ਇਹ ਡਿਕਲੇਅਰ ਕੀਤਾ ਸੀ, ਉਦੋਂ ਅਲਟੀਮੇਟਮ ਦਿੱਤਾ ਸੀ ਕਿ ਜੇ 15 ਦਿਨ ਦੇ ਵਿੱਚ ਇਹ ਮਨਜ਼ੂਰ, ਜੇ ਇਹ ਸੈਣੀ ਅਤੇ ਬਾਦਲ ਦੇ ਖਿਲਾਫ਼ ਕੇਸ ਨਹੀਂ ਚਲਾਉਂਦੇ, ਮੇਰੀ ਮੰਗ ਸੀ ਕਿ ਕੇਸ ਚਲਾਓ ਤਾਂ ਮੈਂ 5 ਮੰਤਰੀ ਅਸਤੀਫਾ ਦੇਣ ਅਤੇ ਮੈਂ ਵੀ ਆਪਣਾ ਅਸਤੀਫਾ ਦੇਵਾਂਗਾ। ਅਤੇ ਮੈਂ ਉਹ ਅਸਤੀਫਾ 12 ਅਕਤੂਬਰ ਨੂੰ ਭੇਜਿਆ ਕਿਉਂਕਿ ਵਿੱਚ ਦੀ ਕੋਰਟ ਦੀ ਸਟੇਅ ਆ ਗਈ ਸੀ। ਉਸ ਤੋਂ ਮਗਰੋਂ 11 ਅਕਤੂਬਰ ਨੂੰ ਕੋਰਟ ਨੇ ਕਲੀਅਰ ਕਰ ਦਿੱਤਾ ਸੀ ਕਿ ਸੈਣੀ ਦੇ ਖਿਲਾਫ਼ ਕੋਈ ਸਟੇਅ ਨਹੀਂ ਅਤੇ ਉਹ ਮੈਂ 12 ਅਕਤੂਬਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਅੱਜ ਦੀ ਵੀ ਹਾਲਤ ਉਹੀ ਆ, ਅੱਜ ਵੀ ਜੋ ਇਹਨਾਂ ਨੇ ਵਿਧਾਨ ਸਭਾ 'ਚ ਕਿਹਾ ਸੀ ਉਹ ਪੂਰਾ ਨਹੀਂ ਕੀਤਾ, ਕਿਉਂਕਿ ਜਦੋਂ ਮੰਤਰੀ ਵਿਧਾਨ ਸਭਾ 'ਚ ਬੋਲਦਾ ਤਾਂ ਇਹਦਾ ਮਤਲਬ ਸਰਕਾਰ ਬੋਲਦੀ ਆ, ਪਰ ਉਹ ਵਿਧਾਨ ਸਭਾ 'ਚ ਕਹਿ ਕੇ, ਵਿਧਾਨ ਸਭਾ ਦੇ ਵਿੱਚ ਜਦੋਂ ਬੋਲਦੇ ਹਾਂ ਤਾਂ ਇੱਕ ਸੋਲਮਨ ਅੰਡਰਟੇਕਿੰਗ ਹੁੰਦੀ ਹੈ, ਉਹ ਸਟੇਟ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵਾਅਦਾ ਇਸ ਹੁੰਦਾ ਜਿਹੜਾ ਕਿ ਪੂਰਾ ਕਰਨਾ, ਉਹ ਵਾਅਦਾ ਪੂਰਾ ਕਰਨ ਦੇ ਵਿੱਚ ਇਹ ਨਾਕਾਮ ਰਹੇ ਆ। ਅਗਲਾ ਸੈਸ਼ਨ ਤੱਕ ਆ ਗਿਆ, ਹੁਣ ਤੱਕ ਇਹਨਾਂ ਨੇ ਉਹ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਤੋ ਇਸ ਕਰਕੇ ਮੈਂ ਅੱਜ ਸਪੀਕਰ ਸਾਹਿਬ ਨੂੰ ਮਿਲ ਕੇ ਖੁਦ ਉਹਨਾਂ ਨੂੰ ਕਿਹਾ ਕਿ ਮੇਰਾ ਅਸਤੀਫਾ ਜੋ ਹੈ ਉਹ ਮਨਜ਼ੂਰ ਕੀਤਾ ਜਾਵੇ। ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਇਹਨੂੰ ਕੰਸਿਡਰ ਕਰੂੰਗਾ। ਉਹ ਸਹੀ ਹੈ ਸਾਰਾ ਕੁਝ, ਕਹਿ ਰਿਹਾ ਵੀ ਐਗਜ਼ਾਮਿਨ ਕਰਾਂਗੇ, ਇਸੇ ਗੱਲ ਨੂੰ ਐਗਜ਼ਾਮਿਨ ਕਰਨਾ ਹੈ ਵੀ ਕਿਆ ਫਾਰਮੈਟ ਦੇ ਮੁਤਾਬਕ ਹੈ ਜਾਂ ਨਹੀਂ। ਨਹੀਂ ਮੈਂ ਕਿਉਂ ਕਹੂੰਗਾ ਕਿਸੇ ਨੂੰ ਰੈਜ਼ਿਗਨੇਸ਼ਨ ਦੇਣ ਵਾਸਤੇ, ਮੈਂ ਕਿਸੇ ਨੂੰ ਤਾਂ ਨਹੀਂ ਕਹਿ ਸਕਦਾ ਕਿ ਤੁਸੀਂ ਅਸਤੀਫਾ ਦਿਓ, ਇਹ ਤਾਂ ਕਿਸੇ ਦੀ ਵਿਲ ਹੈ, ਆਪਣੀ ਵਿਲ ਮੁਤਾਬਕ ਕਰਨਾ ਹੁੰਦਾ। ਮੈਂ ਤਾਂ ਉਹਨੂੰ ਇੰਨਾ ਹੀ ਦੇਖਣਾ ਕਿ ਵੈਦਰ ਇਟ ਇਜ਼ ਅਕੋਰਡਿੰਗ ਟੂ ਲਾਅ ਔਰ ਨੋਟ, ਇਫ ਇਟ ਇਜ਼ ਅਕੋਰਡਿੰਗ ਟੂ ਲਾਅ ਆਈ ਵਿਲ ਐਕਸੈਪਟ ਇਟ, ਇਫ ਇਟ ਇਜ਼ ਨੋਟ ਦੈਨ ਵਿਲ ਨੋਟ ਐਕਸੈਪਟ ਇਟ। ਇਹ ਵਿਚਾਰ ਕਰਾਂਗੇ ਇਸ ਗੱਲ 'ਤੇ, ਓਕੇ ਆਫਟਰ 'ਤੇ ਵਿਚਾਰ ਕਰਾਂਗੇ ਅਸੀਂ, ਇਹ ਦੇਖਾਂਗੇ ਅਸੀਂ ਕਦੋਂ ਕਰਦੇ, ਇਹਦੇ 'ਚ ਹਲੇ ਅਸੀਂ ਮਾਈਂਡ ਅਪਲਾਈ ਨਹੀਂ ਕੀਤਾ, ਇਹਦੇ 'ਤੇ ਮਾਈਂਡ ਅਪਲਾਈ ਕਰਾਂਗੇ, ਠੀਕ ਫਿਰ ਕਰ ਲਾਂਗੇ ਫਿਰ ਤੁਹਾਨੂੰ।